87 ਸਾਲ ਦੇਸ਼ ਵਿਦੇਸ਼ ਦੇ ਵਿੱਚ ਵਾਰਾਂ ਵੱਡੀਆਂ ਜੰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਦੋਂ ਉਹ ਉੱਠਦੇ ਹਨ ਆਸਮਾਨ ਦੀ ਛਾਤੀ ਚੀਰ ਦਿੰਦੇ ਹਨ ਜੇ ਇਹ ਜ਼ਮੀਨ ਦੇ ਨੇੜਿਓਂ ਲੰਘ ਜਾਏ ਤਾਂ ਇਸ ਦੀ ਆਵਾਜ਼ ਪਾਤਾਲ ਤੱਕ ਗੂੰਜਦੀ ਹੈ ਇਹ ਹੈ ਸਾਡੀ ਭਾਰਤੀ ਹਵਾਈ ਫੌਜ 1932 ਤੋਂ ਲੈ ਕੇ ਪਾਕਿਸਤਾਨ ਦੇ ਬਾਲਾਕੋਟ ਦੇ ਵਿੱਚ ਜਾ ਕੇ ਏਅਰ ਸਟ੍ਰਾਈਕ ਤੱਕ ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਹੋ ਚੁੱਕਾ ਹੈ ਹਰ ਵਾਰ ਦੇਸ਼ ਦੇ ਲੋਕਾਂ ਵੱਲੋਂ ਹਵਾਈ ਸੈਨਾ ਅਤੇ ਇਸ ਦੇ ਹਵਾਈ ਲੜਾਕੂਆਂ ਨੂੰ ਵਧਾਈ ਦਿੱਤੀ ਹੈ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਜਦੋਂ ਅਭਿਨੰਦਨ ਨੇ ਮਿਗ-21 ਤੋਂ ਪਾਕਿਸਤਾਨ ਦੇ ਅਤਿ ਆਧੁਨਿਕ F-16 ਲੜਾਕੂ ਜਹਾਜ਼ ਨੂੰ ਗੋਲੀ ਮਾਰ ਦਿੱਤੀ ਤਾਂ ਪੂਰੀ ਕੌਮ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਸੀ ਉਸ ਵੇਲੇ ਇਹ ਮਾਮਲਾ ਉੱਠਿਆ ਸੀ ਕਿ ਜੇ ਰਾਫੇਲ ਉੱਥੇ ਹੁੰਦਾ ਤਾਂ ਪਾਕਿਸਤਾਨ ਦਾ F-16 ਸਾਡੇ ਆਸਮਾਨ ਨੂੰ ਪਾਰ ਕਰਨ ਦੀ ਹਿੰਮਤ ਨਾ ਕਰਦਾ ਇਸ ਲਈ ਹਵਾਈ ਫੌਜ ਦੇ 87ਵੇਂ ਸਥਾਪਨਾ ਦਿਵਸ ਮੌਕੇ ਭਾਰਤ ਨੂੰ ਪਹਿਲਾ ਰਾਫੇਲ ਲੜਾਕੂ ਜਹਾਜ਼ ਮਿਲ ਗਿਆ ਫਰਾਂਸ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪਹਿਲਾ ਰਾਫੇਲ ਜਹਾਜ਼ ਸੌਂਪਿਆ ਗਿਆ ਅਤੇ ਇਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਰਾਜਨਾਥ ਸਿੰਘ ਨੇ ਜਹਾਜ਼ ਵਿੱਚ ਪਹਿਲੀ ਉਡਾਨ ਭਰੀ ਦੁਨੀਆ ਦੇ ਸ਼ਕਤੀਸ਼ਾਲੀ ਲੜਾਕੂ ਜਹਾਜ਼ਾਂ ਵਿੱਚੋਂ ਇੱਕ ਰਾਫੇਲ ਭਾਰਤੀ ਹਵਾਈ ਫੌਜ ਦੇ ਵਿੱਚ ਸ਼ਾਮਿਲ ਹੋਣ ਦੇ ਨਾਲ ਭਾਰਤੀ ਹਵਾਈ ਫੌਜ ਦੀ ਤਾਕਤ ਹੁਣ ਹੋਰ ਵੱਧ ਜਾਵੇਗੀ ਭਾਰਤ ਦੇ ਵਿੱਚ ਦੁਸਹਿਰੇ ਦਾ ਤਿਉਹਾਰ ਤੇ ਹਵਾਈ ਫੌਜ ਦਾ ਸਥਾਪਨਾ ਦਿਵਸ ਮਨਾਇਆ ਗਿਆ ਉੱਥੇ ਹੀ ਰਾਫੇਲ ਮਿਲਣ ਨਾਲ ਹਵਾਈ ਫੌਜ ਦੀ ਤਾਕਤ ਵਿੱਚ ਬਹੁਤ ਵਾਧਾ ਹੋਇਆ ਰਾਫੇਲ ਸੌਦੇ ਨਾਲ ਭਾਰਤ ਤੇ ਫਰਾਂਸ ਦੇ ਰਿਸ਼ਤੇ ਨੂੰ ਇੱਕ ਨਵਾਂ ਮੁਕਾਮ ਮਿਲੇਗਾ ਫਰਾਂਸ ਤੋਂ ਆਉਣ ਵਾਲੇ 36 ਜਹਾਜ਼ਾਂ ਨੂੰ 2 ਸਕੁਐਡਰਨ ਵਿੱਚ ਵੰਡਿਆ ਜਾਵੇਗਾ ਇੱਕ ਸਕੁਐਡਰਨ ਦੇ ਵਿੱਚ 16 ਤੋਂ 18 ਲੜਾਕੂ ਜਹਾਜ਼ ਰੱਖੇ ਜਾਂਦੇ ਹਨ ਪਹਿਲੇ ਸਕੁਐਡਰਨ ਨੂੰ ਪਾਕਿਸਤਾਨ ਨਾਲ ਮੁਕਾਬਲੇ ਦੇ ਲਈ ਅੰਬਾਲਾ ਦੇ ਵਿੱਚ ਅਤੇ ਦੂਸਰੇ ਨੂੰ ਚੀਨ ਦੇ ਨਾਲ ਮੁਕਾਬਲੇ ਲਈ ਪੱਛਮੀ ਬੰਗਾਲ ਦੇ ਹਾਸ਼ਿਮਪੁਰਾ ਵਿਖੇ ਤਾਇਨਾਤ ਕੀਤਾ ਜਾਵੇਗਾ ਪਾਕਿਸਤਾਨ ਲੜਾਕੂ F-16 ਫਾਈਟਰ ਜੈਟ ਤੇ ਰਾਫੇਲ ਭਾਰੀ ਪਵੇਗਾ ਪਾਕਿਸਤਾਨੀ ਲੜਾਕੂ ਜੇ ਹਮਲਾ ਕਰਨਗੇ ਤਾਂ ਰਾਫੇਲ ਤੋਂ ਬਾਅਦ ਸਾਡੀ ਪਹੁੰਚ 150 ਕਿਲੋਮੀਟਰ ਤੱਕ ਹੋ ਜਾਵੇਗੀ ਰਾਫੇਲ ਦੇ ਖੰਭਾਂ ਦੀ ਲੰਬਾਈ 10.90 ਮੀਟਰ ਹੈ ਜਦਕਿ F-16 ਦੀ ਲੰਬਾਈ 9.96 ਮੀਟਰ ਹੈ ਰਾਫੇਲ ਦੀ ਲੰਬਾਈ 15.30 ਮੀਟਰ ਹੈ ਜਦਕਿ F-16 ਦੀ 15.6 ਮੀਟਰ ਹੈ ਰਾਫੇਲ F-16 ਤੋਂ ਆਕਾਰ ਦੇ ਵਿੱਚ ਥੋੜਾ ਵੱਡਾ ਹੈ ਰਾਫੇਲ ਦਾ ਕੁੱਲ ਭਾਰ 10 ਟਨ ਹੈ ਜੋ 24.5 ਟਨ ਭਾਰ ਵਾਲੇ ਹਥਿਆਰ ਨਾਲ ਉੱਡ ਸਕਦਾ ਹੈ ਹਾਲਾਂਕਿ ਪਾਕਿਸਤਾਨ F-16 ਦਾ ਭਾਰ 9.2 ਟਨ ਹੈ ਇਸ ਦੇ ਵਿੱਚ ਸਿਰਫ 21.7 ਟਨ ਭਾਰ ਦੇ ਨਾਲ ਉੱਡਣ ਦੀ ਸਮਰੱਥਾ ਹੈ ਕੀ ਕਾਰਨ ਹੈ ਭਾਰਤ ਨੇ ਰਾਫੇਲ ਨੂੰ ਸੈਨਾ ਦਾ ਹਿੱਸਾ ਬਣਾਇਆ ਬਿਊਰੋ ਰਿਪੋਰਟ ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਕਰ ਟੀਵੀ ਦੇ ਨਾਲ